ਅੱਜ ਸਾਡੇ ਲਈ ਬੜਾ ਖੁਸ਼ੀ ਦਾ ਦਿਨ ਹੈ, ਪੰਜਾਬੀ ਦਿਵਸ ਵੀ ਹੈ ਔਰ ਰਾਜਪੁਰੇ ਦੀ ਸ਼ਾਨ ਅੱਜ ਰਾਜਪੁਰੇ ਦੇ ਗੇਟਵੇ ਆਫ ਰਾਜਪੁਰਾ, ਗੇਟਵੇ ਆਫ ਪੰਜਾਬ, ਜਿਹੜਾ ਕਿ ਸਾਡੇ ਬੜੀ ਦੇਰ ਤੋਂ ਮਨ ਚ ਇੱਛਾ ਸੀਗੀ ਕਿ ਜਦੋਂ ਵੀ ਕੋਈ ਰਾਜਪੁਰੇ ਆਉਂਦਾ ਤਾਂ ਪੰਜਾਬ ਦੀ ਸ਼ੁਰੂਆਤ ਹੁੰਦੀ ਹੈ, ਗੇਟਵੇ ਆਫ ਪੰਜਾਬ ਰਾਜਪੁਰੇ ਨੂੰ ਕਿਹਾ ਜਾਂਦਾ, ਤਾਂ ਸਾਡਾ ਕੌਮੀ ਤਿਰੰਗਾ ਉਹਨਾਂ ਸਭ ਦੇ ਜਿਵੇਂ ਉਹਨਾਂ ਦਾ ਸਵਾਗਤ ਹੋਵੇ ਔਰ ਸਾਡਾ ਤਿਰੰਗਾ ਸਾਡੀ ਸ਼ਾਨ ਸਭ ਤੋਂ ਪਹਿਲਾਂ ਉਹਨਾਂ ਦੀ ਨਜ਼ਰ ਉਸ ਤੇ ਪਵੇ। ਅੱਜ ਉਸ ਦੀ ਇੱਛਾ ਨੂੰ ਸਾਡੀ ਮੈਂ ਹੀ ਕਹੂੰਗੀ ਕਿ ਸਭ ਦੇ ਸਾਥ ਨਾਲ ਅੱਜ ਇਹ ਪੂਰੀ ਹੋਈ ਹੈ ਔਰ ਅੱਜ ਮੈਂ ਤੁਹਾਡਾ ਸਾਰਾ ਰਾਜਪੁਰੇ ਹਲਕੇ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ, ਸਪੈਸ਼ਲ DSP ਸਾਹਿਬ ਦਾ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਇੱਥੇ ਆਏ ਔਰ ਇਹ ਮੈਂ ਇਹੀ ਕਹੂੰਗੀ ਕਿ ਇਹ ਰਾਜਪੁਰੇ ਦਾ ਮਾਣ ਹੈ ਤੇ ਰਾਜਪੁਰੇ ਦੀ ਸ਼ਾਨ। ਦੇਖੋ ਮੈਂ ਨੀ ਕਹਿੰਦੀ ਪਹਿਲਾਂ ਨੇ ਕੀ ਕੀਤਾ, ਸਾਡੇ ਮਨ ਚ ਆਇਆ ਅਸੀਂ ਕੀਤਾ, ਅਸੀਂ ਉਹ ਕਰਾਂਗੇ ਜਿਹੜੇ ਕਿ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਸਾਡੀ ਇੱਛਾ ਸੀ ਕਿ ਅਸੀਂ ਅੱਜ ਇਹ ਕਰੀਏ ਤਾਂ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੀ ਉਹ ਇੱਛਾ ਸਭ ਪੂਰੀ ਹੋਈ ਹੈ ਔਰ ਰਾਜਪੁਰਾ ਦੀ ਸ਼ਾਨ ਵਧੀ ਹੈ। ਮੈਂ ਹੀ ਕਹੂੰਗੀ ਅੱਜ ਆਜ਼ਾਦੀ ਦਿਵਸ ਹੈ, ਆਪਾਂ ਆਜ਼ਾਦੀ ਕਿਵੇਂ ਪ੍ਰਾਪਤ ਕੀਤੀ ਹੈ ਸਭ ਨੂੰ ਪਤਾ ਹੈ, ਅਸੀਂ ਕਿਸੇ ਦੀ ਵੀ ਗੱਲਾਂ ਚ ਆ ਕੇ ਕਿਸੇ ਦੇ ਵੀ ਮਗਰ ਲੱਗ ਕੇ ਭਾਈਚਾਰਾ ਨਾ ਖਤਮ ਕਰੀਏ। ਸਭ ਤੋਂ ਪਹਿਲਾਂ ਸਾਡਾ ਭਾਈਚਾਰਾ, ਭਾਈਚਾਰਕ ਸਾਂਝ ਨਾਲ ਰਵਾਂਗੇ ਤਾਂ ਸਾਡੀ ਤਰੱਕੀ ਹੋਊਗੀ। ਰਾਜਪੁਰੇ ਦੀ ਸ਼ਾਨ ਜੇ ਅੱਜ ਤਿਰੰਗਾ ਤਾਂ ਮੈਂ ਕਹੂੰਗੀ ਰਾਜਪੁਰੇ ਦਾ ਭਾਈਚਾਰਾ ਵੀ ਸਾਡੀ ਸ਼ਾਨ ਹੋਣਾ ਚਾਹੀਦਾ ਹੈ, ਹਰ ਪੂਰੇ ਪੰਜਾਬ ਚ ਇਹ ਮੈਸੇਜ ਜਾਵੇ ਕਿ ਜੇ ਅਮਨ ਸ਼ਾਂਤੀ ਹੈ ਤਾਂ ਰਾਜਪੁਰੇ ਵਿੱਚ। ਅੱਜ ਸਾਡੇ ਲਈ ਬੜਾ ਖੁਸ਼ੀ ਦਾ ਦਿਨ ਹੈ, ਪੰਜਾਬੀ ਦਿਵਸ ਵੀ ਹੈ ਔਰ ਰਾਜਪੁਰੇ ਦੀ ਸ਼ਾਨ ਅੱਜ ਰਾਜਪੁਰੇ ਦੇ ਗੇਟਵੇ ਆਫ ਰਾਜਪੁਰਾ, ਗੇਟਵੇ ਆਫ ਪੰਜਾਬ, ਜਿਹੜਾ ਕਿ ਸਾਡੇ ਬੜੀ ਦੇਰ ਤੋਂ ਮਨ ਚ ਇੱਛਾ ਸੀਗੀ ਕਿ ਜਦੋਂ ਵੀ ਕੋਈ ਰਾਜਪੁਰੇ ਆਉਂਦਾ ਤਾਂ ਪੰਜਾਬ ਦੀ ਸ਼ੁਰੂਆਤ ਹੁੰਦੀ ਹੈ, ਗੇਟਵੇ ਆਫ ਪੰਜਾਬ ਰਾਜਪੁਰੇ ਨੂੰ ਕਿਹਾ ਜਾਂਦਾ, ਤਾਂ ਸਾਡਾ ਕੌਮੀ ਤਿਰੰਗਾ ਉਹਨਾਂ ਸਭ ਦੇ ਜਿਵੇਂ ਉਹਨਾਂ ਦਾ ਸਵਾਗਤ ਹੋਵੇ ਔਰ ਸਾਡਾ ਤਿਰੰਗਾ ਸਾਡੀ ਸ਼ਾਨ ਸਭ ਤੋਂ ਪਹਿਲਾਂ ਉਹਨਾਂ ਦੀ ਨਜ਼ਰ ਉਸ ਤੇ ਪਵੇ। ਅੱਜ ਉਸ ਦੀ ਇੱਛਾ ਨੂੰ ਸਾਡੀ ਮੈਂ ਹੀ ਕਹੂੰਗੀ ਕਿ ਸਭ ਦੇ ਸਾਥ ਨਾਲ ਅੱਜ ਇਹ ਪੂਰੀ ਹੋਈ ਹੈ ਔਰ ਅੱਜ ਮੈਂ ਤੁਹਾਡਾ ਸਾਰਾ ਰਾਜਪੁਰੇ ਹਲਕੇ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ, ਸਪੈਸ਼ਲ DSP ਸਾਹਿਬ ਦਾ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਇੱਥੇ ਆਏ ਔਰ ਇਹ ਮੈਂ ਇਹੀ ਕਹੂੰਗੀ ਕਿ ਇਹ ਰਾਜਪੁਰੇ ਦਾ ਮਾਣ ਹੈ ਤੇ ਰਾਜਪੁਰੇ ਦੀ ਸ਼ਾਨ। ਦੇਖੋ ਮੈਂ ਨੀ ਕਹਿੰਦੀ ਪਹਿਲਾਂ ਨੇ ਕੀ ਕੀਤਾ, ਸਾਡੇ ਮਨ ਚ ਆਇਆ ਅਸੀਂ ਕੀਤਾ, ਅਸੀਂ ਉਹ ਕਰਾਂਗੇ ਜਿਹੜੇ ਕਿ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਸਾਡੀ ਇੱਛਾ ਸੀ ਕਿ ਅਸੀਂ ਅੱਜ ਇਹ ਕਰੀਏ ਤਾਂ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੀ ਉਹ ਇੱਛਾ ਸਭ ਪੂਰੀ ਹੋਈ ਹੈ ਔਰ ਰਾਜਪੁਰਾ ਦੀ ਸ਼ਾਨ ਵਧੀ ਹੈ। ਮੈਂ ਹੀ ਕਹੂੰਗੀ ਅੱਜ ਆਜ਼ਾਦੀ ਦਿਵਸ ਹੈ, ਆਪਾਂ ਆਜ਼ਾਦੀ ਕਿਵੇਂ ਪ੍ਰਾਪਤ ਕੀਤੀ ਹੈ ਸਭ ਨੂੰ ਪਤਾ ਹੈ, ਅਸੀਂ ਕਿਸੇ ਦੀ ਵੀ ਗੱਲਾਂ ਚ ਆ ਕੇ ਕਿਸੇ ਦੇ ਵੀ ਮਗਰ ਲੱਗ ਕੇ ਭਾਈਚਾਰਾ ਨਾ ਖਤਮ ਕਰੀਏ। ਸਭ ਤੋਂ ਪਹਿਲਾਂ ਸਾਡਾ ਭਾਈਚਾਰਾ ਹੈ, ਭਾਈਚਾਰਕ ਸਾਂਝ ਨਾਲ ਰਵਾਂਗੇ ਤਾਂ ਸਾਡੀ ਤਰੱਕੀ ਹੋਊਗੀ। ਰਾਜਪੁਰੇ ਦੀ ਸ਼ਾਨ ਜੇ ਅੱਜ ਤਿਰੰਗਾ ਤਾਂ ਮੈਂ ਕਹੂੰਗੀ ਰਾਜਪੁਰੇ ਦਾ ਭਾਈਚਾਰਾ ਵੀ ਸਾਡੀ ਸ਼ਾਨ ਹੋਣਾ ਚਾਹੀਦਾ ਹੈ, ਹਰ ਪੂਰੇ ਪੰਜਾਬ ਚ ਇਹ ਮੈਸੇਜ ਜਾਵੇ ਕਿ ਜੇ ਅਮਨ ਸ਼ਾਂਤੀ ਹੈ ਤਾਂ ਰਾਜਪੁਰੇ ਵਿੱਚ। ਅੱਜ ਸਾਡੇ ਲਈ ਬੜਾ ਖੁਸ਼ੀ ਦਾ ਦਿਨ ਹੈ, ਪੰਜਾਬੀ ਦਿਵਸ ਵੀ ਹੈ ਔਰ ਰਾਜਪੁਰੇ ਦੀ ਸ਼ਾਨ ਅੱਜ ਰਾਜਪੁਰੇ ਦੇ ਗੇਟਵੇ ਆਫ ਰਾਜਪੁਰਾ, ਗੇਟਵੇ ਆਫ ਪੰਜਾਬ, ਜਿਹੜਾ ਕਿ ਸਾਡੇ ਬੜੀ ਦੇਰ ਤੋਂ ਮਨ ਚ ਇੱਛਾ ਸੀਗੀ ਕਿ ਜਦੋਂ ਵੀ ਕੋਈ ਰਾਜਪੁਰੇ ਆਉਂਦਾ ਤਾਂ ਪੰਜਾਬ ਦੀ ਸ਼ੁਰੂਆਤ ਹੁੰਦੀ ਹੈ, ਗੇਟਵੇ ਆਫ ਪੰਜਾਬ ਰਾਜਪੁਰੇ ਨੂੰ ਕਿਹਾ ਜਾਂਦਾ, ਤਾਂ ਸਾਡਾ ਕੌਮੀ ਤਿਰੰਗਾ ਉਹਨਾਂ ਸਭ ਦੇ ਜਿਵੇਂ ਉਹਨਾਂ ਦਾ ਸਵਾਗਤ ਹੋਵੇ ਔਰ ਸਾਡਾ ਤਿਰੰਗਾ ਸਾਡੀ ਸ਼ਾਨ ਸਭ ਤੋਂ ਪਹਿਲਾਂ ਉਹਨਾਂ ਦੀ ਨਜ਼ਰ ਉਸ ਤੇ ਪਵੇ। ਅੱਜ ਉਸ ਦੀ ਇੱਛਾ ਨੂੰ ਸਾਡੀ ਮੈਂ ਹੀ ਕਹੂੰਗੀ ਕਿ ਸਭ ਦੇ ਸਾਥ ਨਾਲ ਅੱਜ ਇਹ ਪੂਰੀ ਹੋਈ ਹੈ ਔਰ ਅੱਜ ਮੈਂ ਤੁਹਾਡਾ ਸਾਰਾ ਰਾਜਪੁਰੇ ਹਲਕੇ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ, ਸਪੈਸ਼ਲ DSP ਸਾਹਿਬ ਦਾ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਇੱਥੇ ਆਏ ਔਰ ਇਹ ਮੈਂ ਇਹੀ ਕਹੂੰਗੀ ਕਿ ਇਹ ਰਾਜਪੁਰੇ ਦਾ ਮਾਣ ਹੈ ਤੇ ਰਾਜਪੁਰੇ ਦੀ ਸ਼ਾਨ। ਦੇਖੋ ਮੈਂ ਨੀ ਕਹਿੰਦੀ ਪਹਿਲਾਂ ਨੇ ਕੀ ਕੀਤਾ, ਸਾਡੇ ਮਨ ਚ ਆਇਆ ਅਸੀਂ ਕੀਤਾ, ਅਸੀਂ ਉਹ ਕਰਾਂਗੇ ਜਿਹੜੇ ਕਿ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਸਾਡੀ ਇੱਛਾ ਸੀ ਕਿ ਅਸੀਂ ਅੱਜ ਇਹ ਕਰੀਏ ਤਾਂ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੀ ਉਹ ਇੱਛਾ ਸਭ ਪੂਰੀ ਹੋਈ ਹੈ ਔਰ ਰਾਜਪੁਰਾ ਦੀ ਸ਼ਾਨ ਵਧੀ ਹੈ।
ਮੈਂ ਹੀ ਕਹੂੰਗੀ ਅੱਜ ਆਜ਼ਾਦੀ ਦਿਵਸ ਹੈ, ਆਪਾਂ ਆਜ਼ਾਦੀ ਕਿਵੇਂ ਪ੍ਰਾਪਤ ਕੀਤੀ ਹੈ ਸਭ ਨੂੰ ਪਤਾ ਹੈ। ਅਸੀਂ ਕਿਸੇ ਦੀ ਵੀ ਗੱਲਾਂ ਚ ਆ ਕੇ ਕਿਸੇ ਦੇ ਵੀ ਮਗਰ ਲੱਗ ਕੇ ਭਾਈਚਾਰਾ ਨਾ ਖਤਮ ਕਰੀਏ। ਸਭ ਤੋਂ ਪਹਿਲਾਂ ਸਾਡਾ ਭਾਈਚਾਰਾ ਹੈ, ਭਾਈਚਾਰਕ ਸਾਂਝ ਨਾਲ ਰਵਾਂਗੇ ਤਾਂ ਸਾਡੀ ਤਰੱਕੀ ਹੋਊਗੀ। ਰਾਜਪੁਰੇ ਦੀ ਸ਼ਾਨ ਜੇ ਅੱਜ ਤਿਰੰਗਾ ਤਾਂ ਮੈਂ ਕਹੂੰਗੀ ਰਾਜਪੁਰੇ ਦਾ ਭਾਈਚਾਰਾ ਵੀ ਸਾਡੀ ਸ਼ਾਨ ਹੋਣਾ ਚਾਹੀਦਾ ਹੈ। ਹਰ ਪੂਰੇ ਪੰਜਾਬ ਚ ਇਹ ਮੈਸੇਜ ਆਵੇ ਕਿ ਜੇ ਅਮਨ ਸ਼ਾਂਤੀ ਹੈ ਤਾਂ ਰਾਜਪੁਰੇ ਵਿੱਚ।